ਜਿਹੜੇ ਗੁਰਬਾਣੀ ਨਾਲ ਜੁੜਦੇ ਆ ਨਾ ਉਹਨਾਂ ਨੂੰ ਮੌਤ ਵੀ ਡਰਾ ਨਹੀਂ ਸਕਦੀ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਹੈ ਤੇ ਰੱਬ ਦੀ ਖੇਡ ਹੈ। ਸਰੀਰ ਮਰ ਜਾਂਦਾ ਹੈ ਜਿਹੜੀ ਅੰਦਰ ਅੰਸ਼ ਹੈ ਨਾ ਮਾਲਕ ਦੀ ਉਹ ਥੋੜਾ ਮਰਦੀ ਆ। ਅਸੀਂ ਉਹਦੀ ਪਹਿਚਾਣ ਕਰਨੀ ਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹੁਣ ਸੋਚ ਕੇ ਵੇਖੋ ਆਪਣੀ ਜੀਵਨ ਵਿੱਚ ਆਪਣੀ ਜ਼ਿੰਦਗੀ 'ਚ ਛੋਟਾ ਜਿਹਾ ਦੁੱਖ ਆ ਵੀ ਆਪਾਂ ਕੁਰਲਾ ਉੱਠਦੇ ਹਾਂ। ਮਨੁੱਖੀ ਮਨ ਹੈ ਅਸੀਂ ਰੱਬ ਨੂੰ ਉਲਾਂਭੇ ਵੀ ਦਿੰਦੇ ਹਾਂ ਪਰ ਜਿਸ ਮਨੁੱਖੀ ਮਨ ਨੂੰ ਆਪਾਂ ਗੁਰੂ ਵਾਲੇ ਪਾਸੇ ਮੋੜ ਲਈਏ ਫਿਰ ਜੀਵਨ ਕਿੱਦਾਂ ਦਾ ਹੁੰਦਾ। ਧੰਨ ਭਾਈ ਤਾਰੂ ਸਿੰਘ ਜੀ ਸਾਹਮਣੇ ਮੌਤ ਹੈ ਹੁਕਮ ਹੋਇਆ ਖੋਪਰੀ ਲਾਉਣੀ ਆ ਜਲਾ ਦਾਇਆ। ਉਹਨੇ ਆਉਂਦਿਆਂ ਹੀ ਭਾਈ ਤਾਰੂ ਸਿੰਘ ਜੀ ਦੇ ਹੱਥਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ। ਹੱਥ ਅੱਗੇ ਕੀਤੇ ਨੇ ਬੰਨਣ ਦੀ ਕੋਸ਼ਿਸ਼ ਕਰ ਰਹੇ ਤੇ ਭਾਈ ਤਾਰੂ ਸਿੰਘ ਜੀ ਨੇ ਪੁੱਛ ਲਿਆ ਕਹਿਣ ਲੱਗੇ ਭਲਿਆ ਤੂੰ ਹੱਥਾਂ ਨੂੰ ਕਿਉਂ ਬੰਨਦੈ ਤੈਨੂੰ ਕੀ ਲੱਗਦਾ ਮੈਂ ਡੋਲ ਜਾਵਾਂਗਾ ਮੈਂ ਡਰ ਜਾਵਾਂਗਾ ਘਬਰਾ ਜਾਵਾਂਗਾ। ਜਲਾਦ ਕਹਿਣ ਲੱਗਿਆ ਤਾਰੂ ਸਿੰਘਾ ਇਹ ਤੇ ਸੁਭਾਵਿਕ ਗੱਲ ਹੈ ਵੀ ਜਦੋਂ ਆਪਣੇ ਸਰੀਰ ਤੇ ਕੋਈ ਟੱਕ ਲੱਗਦਾ ਹੈ ਨਾ ਆਪਣਾ ਹੱਥ ਉੱਥੇ ਤੇਜ਼ੀ ਨਾਲ ਪਹੁੰਚ ਜਾਂਦਾ ਹੈ। ਮੈਂ ਤੇਰੇ ਸਰੀਰ ਤੇ ਕੋਈ ਛੋਟਾ ਮੋਟਾ ਟੱਕ ਨਹੀਂ ਲਾਉਣਾ ਤਾਰੂ ਸਿੰਘਾ ਖੋਪਰੀ ਲਾਉਣੀ ਆ ਤੇਰੀ। ਮੈਨੂੰ ਡਰ ਹੈ ਕਿਤੇ ਤੇਰਾ ਹੱਥ ਖੋਪਰੀ ਤੇ ਨਾ ਚਲਿਆ ਜਾਵੇ। ਜੇ ਤੇਰਾ ਹੱਥ ਖੋਪਰੀ ਤੇ ਚਲਿਆ ਗਿਆ ਨਾ ਜਕਰੀਏ ਖਾਂ ਨੇ ਮੈਨੂੰ ਪਤਾ ਨਹੀਂ ਕਿਹੜੀ ਸਜ਼ਾ ਦੇ ਦੇਣੀ ਆ। ਜਦੋਂ ਇੰਨਾ ਕਿਹਾ ਇਤਿਹਾਸ ਦੱਸਦੇ ਭਾਈ ਤਾਰੂ ਸਿੰਘ ਜੀ ਨੇ ਆਪਣੇ ਹੱਥ ਜ਼ਮੀਨ ਤੇ ਰੱਖ ਲਏ ਕਹਿਣ ਲੱਗੇ ਜਲਾਦਾ ਤੈਨੂੰ ਬੰਨਣ ਦੀ ਲੋੜ ਨਹੀਂ ਮੇਰੇ ਹੱਥਾਂ ਨੂੰ। ਆ ਇੱਕ ਸਿੱਖ ਦੀ ਜ਼ੁਬਾਨ ਹੈ ਮੈਂ ਆਪਣੇ ਹੱਥ ਧਰਤੀ ਤੇ ਰੱਖੇ ਨੇ ਜ਼ਮੀਨ ਤੇ ਰੱਖੇ ਨੇ ਤੂੰ ਕਰ ਜਿੰਨਾ ਤਸ਼ੱਦਦ ਕਰ ਸਕਦੈ ਇਹ ਹੱਥ ਜ਼ਮੀਨ ਤੋਂ ਨਹੀਂ ਹਿੱਲਣਗੇ। ਤੈਨੂੰ ਕੀ ਲੱਗਦੇ ਮੈਂ ਡੋਲ ਜਾਵਾਂਗਾ ਚੇਤੇ ਰੱਖੀ ਇਹ ਉਹੀ ਖੋਪਰੀ ਆ ਜੀ ਤੇ ਕਦੇ ਆਰਾ ਚੱਲਿਆ ਸੀ ਜੇ ਇਹ ਆਰਾ ਚਲਵਾ ਕੇ ਨਹੀਂ ਡੋਲੀ ਆ ਜੇ ਰੰਬੀ ਨਾਲ ਕਿਵੇਂ ਡੋਲ ਜਾਏਗੀ ਤੂੰ ਕਰ ਜਿੰਨਾ ਤਸ਼ੱਦਦ ਕਰ ਸਕਦੈ। ਇਤਿਹਾਸ ਗਵਾਹੀ ਭਰਦੇ ਜਲਾਦ ਨੇ ਭਾਈ ਤਾਰੂ ਸਿੰਘ ਜੀ ਤੇ ਭਰੋਸਾ ਕੀਤਾ ਕਿਉਂਕਿ ਉਹ ਵੀ ਜਾਣਦੇ ਸਨ ਸਿੱਖਾਂ ਦੇ ਕਰੈਕਟਰ ਨੂੰ ਕਰਦਾਰ ਨੂੰ। ਭਾਈ ਤਾਰੂ ਸਿੰਘ ਜੀ ਨੇ ਹੱਥ ਜ਼ਮੀਨ ਤੇ ਰੱਖੇ ਨੇ ਜਲਾਦ ਨੇ ਮੱਥੇ ਦੇ ਉੱਤੇ ਟੱਕ ਲਾਇਆ ਮੱਥੇ ਦਾ ਸਾਰਾ ਮਾਸ ਉਹ ਖੇਡ ਦਿੱਤਾ ਫਿਰ ਸੱਜੇ ਪਾਸੇ ਫਿਰ ਖੱਬੇ ਪਾਸੇ ਫਿਰ ਪਿਛਲੀ ਸਾਈਡ ਤੇ ਚਾਰੇ ਪਾਸਿਆਂ ਤੋਂ ਮਾਸ ਉਹ ਖੇਡ ਕੇ ਕੇਸਾਂ ਨੂੰ ਫੜਿਆ ਕੇਸਾਂ ਨੂੰ ਫੜ ਕੇ ਐਸਾ ਝੂਟਾ ਮਾਰਿਆ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾ ਦਿੱਤੀ। ਸੋਚ ਕੇ ਵੇਖੋ ਆਪਣੇ ਕੋਈ ਨਿੱਕਾ ਜਿਹਾ ਟੱਕ ਲੱਗ ਜੇ ਆਪਾਂ ਹਾਏ ਹਾਏ ਕਰਦੇ ਹਾਂ। ਆਪਾਂ ਸਾਰੀ ਆਪਣਾ ਸੁਭਾਅ ਹੈ ਪਰ ਧੰਨ ਭਾਈ ਤਾਰੂ ਸਿੰਘ ਜੀ ਜਕਰੀਏ ਖਾਂ ਦੇ ਕੰਨ ਤਰਸਦੇ ਰਹਿ ਗਏ ਹਾਏ ਕਹੇਗਾ ਇਹ ਹੁਣ ਅਲਾਂਭਾ ਦਏਗਾ ਪਰ ਉਸ ਗੁਰਸਿੱਖ ਪਿਆਰੇ ਨੇ ਜਦੋਂ ਵੀ ਬੋਲਿਆ ਵਾਹਿਗੁਰੂ ਬੋਲਿਆ ਜਦੋਂ ਵੀ ਬੋਲੀ ਬਾਣੀ ਬੋਲੀ ਜਦੋਂ ਵੀ ਬੋਲਿਆ ਸ਼ੁਕਰਾਨਾ ਬੋਲਿਆ। ਅੱਜ ਡਾਕਟਰ ਜਦੋਂ ਓਪਰੇਟ ਕਰਦੇ ਆ ਨਾ ਕੋਈ ਓਪਰੇਸ਼ਨ ਕਰਨਾ ਹੁੰਦਾ ਉਹਨਾਂ ਨੇ ਵੇਖੋ ਕਿੰਨੇ ਟੀਕੇ ਲਾਉਂਦੇ ਨੇ ਬੇਹੋਸ਼ੀ ਦਾ ਟੀਕਾ ਸੁੰਨ ਕਰਨ ਦਾ ਟੀਕਾ ਪਰ ਧੰਨ ਭਾਈ ਤਾਰੂ ਸਿੰਘ ਉਹਨਾਂ ਦਾ ਕੋਈ ਛੋਟਾ ਮੋਟਾ ਓਪਰੇਸ਼ਨ ਨਹੀਂ ਹੋਇਆ ਕੋਈ ਛੋਟਾ ਮੋਟਾ ਓਪਰੇਟ ਨਹੀਂ ਸੀ ਕੀਤਾ ਗਿਆ ਜ਼ਾਲਮਾਂ ਨੇ ਖੋਪਰੀ ਲਾਈ ਸੀ ਪਰ ਫਿਰ ਵੀ ਜ਼ਾਲਮਾਂ ਨੇ ਜਦੋਂ ਖੋਪਰੀ ਲਾਈ ਨਾ ਸਾਹਮਣੇ ਰੱਖਤੀ ਲਾ ਕੇ ਭਾਈ ਤਾਰੂ ਸਿੰਘ ਜੀ ਫਿਰ ਵੀ ਪੜ ਰਹੇ ਨੇ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ ਏਕੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ
हार नहीं सब जैते, कुछ भी दुख नहीं है, सब सुख ही सुख है। एक केड़ा सुख अंदर दा सुख, बारी तौर ते तां बहुत दुख आया भाई तारू सिंह जी दे जीवन विच, जालमा ने खोपरी ला दित्ती आ। सतगुरु जी सानूं बाणी च यही गल समझाउंदे ने, पुत जिन्ना टाइम सुवास चलदे आ ना, दुख भी आउणे ने सुख भी आउणे ने। ये जिहड़ा मौत रूपी दुख है ना, बछोड़े रूपी दुख, ये हर एक दे जीवन च आउणा। मैं भी मरना है, आप जी ने भी जाना है, सारिया ने चले जाने आपां। ये दुख तो कोई नहीं बच सकता, हुण मौत दे दुख तो कौन बच सकता है। गल है भी जदों आपां गुरबाणी नाल जुड़े होवांगे ना, ये दुख आउंदे जरूर ने, फिर लगदे नहीं हुंदे। हुण भाई तारू सिंह जी दे जीवन च दुख ते आए पर लगिया नहीं, उन्होंने इन्ने दुखां विच भी उलांभा नहीं दिता, इन्हें दुखां विच भी गुरु तो बेमुख नहीं होए। जो आप गुरु जी की शरण विच हुन्ने आ ना, संगत नाल जुड़े हुन्ने आ, फिर सतगुरु जी बख्शिश करदे ने। ताती बाओ ना लगई पार ब्रह्म शरणाई, चौं गिरद हमारे राम कार, दुख लगे ना पाई। पढ़िए नाल, सारियां नूं इह शब्द याद है, हाजरी लवाओ। माता तेज कौर जी दी अंतम अरदास विच आए हाँ, अपनी रसना दे नाल मुबारक बाणी नूं पढ़िए जी। गुरु जी समझाउंदे ने, ताती वाओ ना लगई पार ब्रह्म, चौं गिरद हमारे राम कार, दुख दुख आउंदे जरूर ने, फिर लगदे नहीं। आउंदे ते हैगे ने, तन तक कोई दुख आ सकदा है, कोई बीमारी लग सकदी है शरीर नूं, मन तक नहीं दुख जाएगा। घर तक आ सकदा है, तन तक आ सकदा है, पर मन तक नहीं जा सकदा। मन करके आपां इन्नी दुखी नहीं होवांगे कि गुरु तो बेमुख हो जाइए। दुख ते गुरु गोबिंद सिंह जी दे जीवन च भी बहुत आए है। अखां सामने पुत शहीद कराए ने साडे गुरु गोबिंद सिंह जी ने, साढ़े पिता जी ने। दुख तो बहुत आए, पर उन्होंने दुखों दिया घड़ियां च भी जकारे ला के दस दिता कि मन तक ये दुख नहीं जा सकता जे शरण च पहुंचे हुए हैं। हुण धन भाई तारू सिंह जी कंध का सहारा लैके बैठे ने, क्योंकि लेटिया जा नहीं सकता, खोपरी ला दिती जालमा ने। गुरबाणी पढ़ रहे ने, कंध का सहारा लैके बैठ के भी गुरु के गुण गा रहे ने।